Assalamu alaikum, welcome to new vlog. So the has dero, bas dero, shad ro, te abad ro, ameen, sum ameen. ਜਿਵੇਂ ਕਿ ਜੀ ਕੱਲ੍ਹ ਤੁਹਾਨੂੰ ਮੈਂ ਦੱਸਿਆ ਸੀ ਵੀ ਮਾਸ਼ਾਅੱਲਾ ਸਾਡਾ ਲੈਂਟਰ ਪੈ ਗਿਆ ਵਾ ਅਤੇ ਜੀ ਤੁਹਾਨੂੰ ਮੈਂ ਲੈਂਟਰ ਵਿਖਾਵਾਂਗੀ ਅਤੇ ਮੈਂ ਸੋਚਿਆ ਕਿਉਂ ਨਾ ਅੱਜ ਤੁਹਾਨੂੰ ਲੈਂਟਰ ਵਿਖਾ ਹੀ ਦਿੱਤਾ ਜਾਵੇ ਅਤੇ ਬਾਕੀ ਦੀ ਮੇਰੀ ਜ਼ਾਤੀ ਖੁਆਹਿਸ਼ ਸੀ, ਇੰਨੀ ਮੇਰੀ ਦਿਲੀ ਖੁਆਹਿਸ਼ ਸੀ ਨਾ, ਮੈਂ ਸੋਚਦੀ ਹੁੰਦੀ ਸੀ ਸਾਡਾ ਵੀ ਤਾਂ ਲੈਂਟਰ ਵਾਲਾ ਘਰ ਹੋਵੇਗਾ ਨਾ, ਸਾਡਾ ਵੀ ਸੋਹਣਾ ਘਰ ਹੋਵੇਗਾ ਨਾ. ਅਲਹਮਦੁਲਿਲਾ, ਅੱਲਾਹ ਤਾਲਾ ਦਾ ਲੱਖ ਤੇ ਕਰੋੜ ਵਾਲੀ ਸ਼ੁਕਰ ਹੈ, ਅੱਜ ਜੀ ਜਿਹੜਾ ਨਾ ਸਾਡੀ ਉਹ ਖੁਆਹਿਸ਼ ਪੂਰੀ ਹੋ ਗਈ ਹੈ. ਠੀਕ ਹੈ, ਅਤੇ ਉਹ ਜੋ ਚੀਜ਼ਾਂ ਅਕਸਰ ਆਪਾਂ ਸੋਚਦੇ ਹਾਂ ਨਾ, ਉਹ ਅੱਲਾਹ ਤਾਲਾ ਆਪਦੇ ਬੰਦੇ ਦੀ ਕੋਈ ਗੱਲ ਜਿਹੜੀ ਬੰਦਾ ਦਿਲ 'ਚ ਸੋਚਦਾ ਨਾ, ਉਹਨੂੰ ਰਾਏਗਾ ਨਹੀਂ ਜਾਣ ਦਿੰਦੇ. ਕੋਈ ਵੀ ਦੁਆ ਜੇ ਦੁਨੀਆ 'ਚ ਕਬੂਲ ਨਹੀਂ ਹੁੰਦੀ ਤਾਂ ਉਹ ਆਖਰ 'ਚ ਕਬੂਲ ਹੋ ਜਾਂਦੀ ਹੈ. ਠੀਕ ਹੈ, ਅਤੇ ਸਾਡੀ ਜੀ ਆਹ ਦੁਆ ਕਬੂਲ ਹੋ ਗਈ ਅਤੇ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਸਾਰੇ ਘਰ ਵਾਲੇ, ਬਲਕਿ ਸਾਡੇ ਸਾਰੇ ਘਰ ਵਾਲੇ ਬਹੁਤ ਜ਼ਿਆਦਾ ਖੁਸ਼ ਨੇ. ਠੀਕ ਹੈ, ਅਤੇ ਬਾਕੀ ਭਾਈ ਅੱਜ ਇੰਨੀ ਗਰਮੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ. ਠੀਕ ਹੈ, ਅਤੇ ਇੱਧਰ ਵੇਖੋ ਜੀ. ਹੈਲੋ ਹੈਲੋ ਹੈਲੋ, ਪਾਪਾ ਜੀ ਵੇਖੋ ਨਾ, ਹੁਣ ਮੈਂ ਬੁਰੇ ਹਾਲਾਂ ਨਾਲ ਆਈ ਹੋਣੀ ਤੇ ਮੈਂ ਸੋ ਗਈ. ਲੱਗ ਗਿਆ ਧੁੱਪ ਦਾ ਤਾ. ਅੱਛਾ, ਉਹ ਕੀ ਹੁੰਦਾ ਵਾ ਵੈਸੇ? ਗਰਮੀ ਲੱਗ ਗਈ. ਅੱਛਾ, ਦਿਮਾਗ ਨੂੰ ਧੁੱਪ ਚੜੀ ਨਾ ਗਰਮੀ ਏ. ਹਾਂਜੀ, ਮੈਂ ਬੈਠਾ ਤਾਂ ਮੈਨੂੰ ਠੰਡ ਲੱਗਣ ਦੀ. ਪਾਪਾ ਕਸਮ ਹੈ, ਆ ਇਹਨੂੰ ਆਦੇ ਨੇ ਵੀ ਗਰਮੀ ਦੇ ਵਿੱਚ ਹੀ ਸਰਦੀ ਲੱਗਣ ਲੱਗ ਪੈਂਦੀ ਬੰਦੇ ਨੂੰ, ਤੇ ਬੜਾ ਮੇਰਾ ਸਿਰ ਦੁਖਦਾ. ਪਾਪਾ ਨੂੰ ਮੈਂ ਸਵੇਰ ਪੱਟੀਆਂ ਕਰ ਥਾਂ. ਹਾਏ ਅੱਲਾ, ਚਲੋ ਜੀ ਤੁਸੀਂ ਦੁਆ ਕਰੋ ਮੇਰੇ ਪਾਪਾ ਜਲਦੀ ਜਲਦੀ ਸਹੀ ਹੋ ਜਾਣ ਤੇ ਮੇਰੀ ਮੰਮਾ ਵੀ ਜਲਦੀ ਜਲਦੀ ਸਹੀ ਹੋ ਜਾਵੇ. ਪਾਪਾ ਸਹੀ ਹੋ. ਤੇ ਮੰਮਾ ਜੀ ਤੁਸੀਂ ਸੁਣਾਓ, ਤੁਸੀਂ ਠੀਕ ਜੇ? ਕਿੱਥੇ ਠੀਕ, ਤੇਰੀ ਮੰਮਾ ਨੂੰ ਹਾਂ ਅੱਜ ਰਸ਼ ਕੇ ਜਾਣਾ ਹੈ. ਹਕੂਮਤ ਅੱਗੇ ਅਪੀਲ ਕਰੋ ਵੀ ਸਾਡੀ ਸੜਕ ਤਾਂ ਬਣਵਾ ਦੋ. ਅਸਲ ਚ ਨਾ ਉਹ ਰੋਡ ਬਹੁਤ ਖਰਾਬ ਹੈ, ਉੱਥੇ ਜਿੰਨਾ ਮਰਜ਼ੀ ਬਣਾ ਲਓ ਰੋਲਰ ਲਾ ਕੇ ਉਹ ਵਿਚਾਰਾ ਉਵੇਂ ਹੀ ਹੋ ਜਾਣ. ਵੇਖ ਲਓ ਅੱਜ ਇਹਦੀ ਦਵਾਈ ਲੈ ਕੇ ਆਂਦੀ ਤੇ ਡਾਕਟਰ ਨੇ ਇਹਨੂੰ ਕਿਹਾ ਬਲੰਗੂ ਪੀ ਤੇ ਉਹਨੂੰ ਕਹਿੰਦਾ ਨਾ ਦਾ ਹਕੀਮ ਮੰਮਾ ਨੂੰ ਕਹਿੰਦਾ ਇਹਨੇ ਬੜੇ ਭੇਜ ਦਿੰਦੀ ਜ਼ੈਨ ਆ ਸਿਹਤ ਵਾਸਤੇ ਅੱਛੇ ਹੁੰਦੇ ਨੇ. ਉਹ ਚਿਕੜੇ ਦਾ ਹਾਲ ਕਿੱਥੇ? ਉਹ ਉਹ ਇੱਟ ਤੇ ਬੈਠੀ ਲੈ ਐ ਤਿਤਲੀ ਹੈ. ਚਲੋ ਜੀ ਹੁਣ ਨਾ ਜ਼ੈਨ ਸ਼ੈਨ ਨੂੰ ਆਪਾਂ ਲੈ ਕੇ ਚੱਲੇ ਜੀ ਛੱਤ ਤੇ. ਠੀਕ ਹੈ, ਤੇ ਤੁਹਾਨੂੰ ਸਾਡਾ ਲੈਟਰ ਵਿਖਾਨੇ ਆ, ਚਲੋ ਹੁਣ ਫਿਰ ਇੱਕ ਵਾਰੀ ਛੱਤ ਤੇ ਪਹੁੰਚ ਲਈਏ. ਚਲੋ ਜੀ ਹੁਣ ਨਾ ਅਸੀਂ ਇੱਧਰੋਂ ਦੀ ਜਾਲ ਲੱਗੇ ਆ ਜੀ ਅੱਜ ਛੱਤ ਤੇ. ਠੀਕ ਹੈ, ਤੂੰ ਟੋਰ ਵੱਡਾ, ਤੂੰ ਕੈਮਰਾਮੈਨ ਰਹਿੰਦਾ ਨੀ ਐਡਾ, ਤੇ ਲਓ ਜੀ ਚਲੋ ਚਲੋ ਤੂੰ ਚੜ ਮੇਰਾ ਭਰਾ ਚੜ. ਐ ਕੀ ਓਏ ਓਏ, ਸੈਨ ਇਜ਼ ਵੈਰੀ ਸਟਰੋਂਗ ਬੋਏ. ਚੱਲ ਬਾਬੂ ਤੁਰੋ, ਤੁਸੀਂ ਸਟਰੋਂਗ ਬਣ ਜਾਓ. ਆਪਾਂ ਤੇ ਆਈ ਜਾਵਾਂਗੇ, ਵੈਸੇ ਕਿਹੜਾ ਮਜ਼ੇ ਦਾ ਸੀਨ ਹੈ, ਜੰਗਲਾਂ ਵਗੈਰਾ ਲੱਗ ਜਾਂਦੇ ਆ. ਚਲੋ ਜੀ ਸੈਨ ਹੱਥ ਫੜਾ. ਆਹ ਸਾਡੀ ਲੈਂਟਰ, ਲੈਂਟਰ ਪਿਆ ਆਪਣੀ ਗੈਲਰੀ ਹੈ, ਗੈਲਰੀ ਹੈ. ਚਲੋ ਟਰੋ,
ਚਲੋ ਸੈਨ, ਓਏ ਤੂੰ ਚੜ ਵੀ ਗਿਆ ਹੈ, ਵਾਹ ਇੱਥੋਂ ਜ਼ੈਨ ਸੈਨ, ਤੁਹਾਨੂੰ ਡਰ ਨਹੀਂ ਲੱਗਦਾ? ਜ਼ੈਨ ਹੁਸੈਨ, ਚਲੋ ਜੀ ਹੁਣ ਇੱਕ ਵਾਰੀ ਛਾਤੇ ਚੜ ਲਈਏ। A few moments later. ਚੱਲ ਮੇਰੇ ਚੜ ਮੈਂ ਬੜੀ ਫੜਦਾ। ਚੱਲ ਅਭੀ ਜਾਣਾ, ਉਹ ਨੀ ਕਰਦਾ। ਇੱਧਰ ਵੇਖੋ ਜੀ, ਸਾਡੇ ਗਾਉਂ ਚ ਇਹ ਸੀਨ ਕਿੱਡਾ ਟੈਡ ਲੱਗਦੇ ਆ। ਥੱਲੇ ਮੱਝਾਂ ਬੰਨੀਆਂ, ਥੱਲੇ ਮੱਝਾਂ ਬੰਨੀਆਂ ਨੇ, ਉੱਤੇ ਆ ਵੇਖੋ ਜੀ ਇਹ ਵਾਲਾ ਸੀਨ ਕਿੰਨਾ ਜ਼ੈਨ ਸੂਟ ਕਰਾਉਂਦੇ ਆ, ਕਿੱਡਾ ਸੋਹਣਾ ਲੱਗਣ ਦਿਆ ਹਨਾ। ਚਲੋ ਸੈਨ ਜੀ ਪਿੱਕ ਖਿੱਚਦੇ ਆ। ਸੈਨ ਤੂੰ ਵੀ ਖਲੋ ਉੱਥੇ, ਵੇਖ ਲਓ ਜ਼ੈਨ ਜ਼ੈਨ ਬੜੇ ਖਰਾਬ ਬੱਚੇ ਨੇ। ਠੀਕ ਹੈ ਤੇ ਬਾਕੀ ਜੀ ਹੁਣ ਤੁਹਾਨੂੰ ਅਸੀਂ ਖਾਣੇ ਜੀ ਸਾਡਾ ਲੈਂਟਰ। ਇਹ ਵੇਖੋ ਜੀ ਆ ਕੀ ਇੱਥੇ ਤਾਂ ਪਾਣੀ ਖੜਾ, ਜ਼ੈਨ ਇੱਥੇ ਤਾਂ ਪਾਣੀ ਖੜਾ। ਇਹ ਵੇਖੋ ਜੀ ਆਹ ਸਾਰਾ ਜਿਹੜਾ ਨਾ ਇਹ ਲੈਂਟਰ ਦਾ ਇੱਕ ਬਲੋਕ ਬਣਾਇਆ ਉਹਨਾਂ ਨੇ ਪਾਣੀ ਖੜਾ ਕਰਨ ਵਾਸਤੇ। ਠੀਕ ਹੈ ਕਿਉਂਕਿ ਲੈਂਟਰ 'ਤੇ ਪਾਣੀ ਜ਼ਿਆਦਾ ਤੋਂ ਜ਼ਿਆਦਾ ਖੜਾ। ਇੱਧਰ ਵੇਖੋ ਜੀ ਇਹ ਸਾਡਾ ਟੈਂਕਰ ਹੈ, ਔਰ ਇਸ ਟੈਂਕਰ ਦੇ ਅੰਦਰ ਵਾਹਵਾ ਸਾਰਾ ਪਾਣੀ ਹੈ। ਠੀਕ ਹੈ ਅਤੇ ਆਹ ਸਾਰਾ ਜਿਹੜਾ ਨਾ ਇਹ ਸਾਡਾ ਲੈਂਟਰ ਪੈ ਗਿਆ ਹੋਇਆ ਵਾ। ਠੀਕ ਹੈ ਅਤੇ ਇਹ ਹਿੱਸਾ ਥੋੜ੍ਹਾ ਜਿਹਾ ਉੱਚਾ ਵਾ, ਉੱਧਰੋਂ ਨੀਵਾਂ ਵਾ। ਇਹ ਵੀ ਆਪਾਂ ਪਾਪਾ ਕੋਲ ਪੁੱਛਾਂਗੇ ਵੀ ਆਹ ਕਿਉਂ ਹੈ। ਇੱਥੋਂ ਇਹ ਰੋਸ਼ਨਦਾਨ, ਇੱਥੋਂ ਗ੍ਰੈਂਡਰ ਨਾਲ ਕਟੀਚੇ ਨਾ ਸਰੀਏ ਰੋਸ਼ਨਦਾਨ। ਅੱਛਾ ਸਹੀ ਹੋ ਗਿਆ। ਅਤੇ ਬਾਕੀ ਹੁਣ ਜੀ ਇਹ ਜਿਹੜਾ ਨਾ ਉਹ ਜ਼ੈਨ ਇਹ ਹਿੱਸਾ ਨੀਵਾਂ ਕਿਉਂ ਹੈ? ਛੱਤ ਉੱਚੀ ਨੀਵੀ ਆਈ, ਜਦੋਂ ਪੱਧਰ ਹੋਵੇਗੀ ਨਾ ਲੈਵਲ ਹੋਵੇਗਾ ਇੱਕ, ਫਿਰ ਪਾਣੀ ਇੱਧਰ ਨੂੰ ਉੱਛਲਦਾ ਜਾਵੇਗਾ, ਫਿਰ ਪਾਣੀ ਕਿੱਧਰ ਜਾਵੇਗਾ? ਪਾਣੀ ਉੱਤੇ ਹੀ ਖੜਾ ਰਹਿੰਦਾ, ਪਾਣੀ ਉੱਤੇ ਹੀ ਸੋਹਣਾ ਲੱਗਦਾ। ਤੇ ਇਹ ਵੇਖੋ ਜੀ ਇਸ ਮੁਸ਼ਕਿਲ ਲੈਵਲ ਸੇ ਹਮ ਆਏ ਹੈ। ਹੈਲੋ ਪਾਪਾ, ਬੜੀ ਔਖੀ ਚੜੀ ਆ ਮੈਂ, ਇਹਨਾਂ ਨੇ ਮੈਨੂੰ ਇੰਨਾ ਡਰਾਇਆ। ਪਾਪਾ ਹਾਂਜੀ ਥੋੜਾ ਥੋੜਾ ਸਾਰਾ ਹੀ ਬਣਿਆ ਗਿਆ, ਦੋ ਦੋ ਵਾਰ ਹਾਂਜੀ ਹਾਂਜੀ। ਇਹ ਦੇਖੋ ਇਹ ਇੱਕ ਇੱਕ ਹੈ, ਨਹੀਂ ਉਹ ਉੱਥੇ ਕੋ ਕਰਕੇ ਬਸ ਇੱਕ ਕੀਤੀ ਸੀੜੀਆਂ ਕੇ ਬਾਅਦ ਹੀ ਫਿਰ ਅੱਗੇ ਆ ਰਿਹਾ ਸਾਰਾ। ਮੰਮਾ ਜੀ ਆਪਣੀ ਛੱਤ ਤੋਂ ਐਵੇਂ ਹੋ ਗਈ ਜਿਵੇਂ ਆਪਾਂ ਨਾ ਆ ਰਿਹਾ ਫਰਸ਼ ਨੀ, ਐਵੇਂ ਦੀ ਹੋ ਗਈ ਸਮੂਥ। ਉਹ ਸਾਡੇ ਕਾਲ ਸਾਹਿਬ ਦਾ ਘਰ ਹੈ, ਉਹ ਇਹ ਆਲਾ ਹਾਂ ਆਲਾ ਜੀ ਸਾਡੇ ਕਾਲੀ ਸਾਹਿਬ ਦੇ ਘਰ। ਠੀਕ ਹੈ ਉਹ ਜਿਹੜਾ ਉੱਤੇ ਦੋ ਕਮਰੇ ਨੇ
ਉਹ ਇੱਕ ਕਮਰਾ ਉਹਦੇ ਵਿੱਚ ਅਸੀਂ ਸੁਬਹ 4 ਵਜੇ ਅੱਛਾ ਉਹਦੇ ਵਿੱਚ ਤੁਸੀਂ ਬੰਦੇ ਦੂਜੇ ਚ ਛੋਟੇ ਵਿੱਚ ਛੱਤ ਉੱਚੀ ਹੋ ਗਈ ਹੁਣ ਉਹ ਨੀਵੀਂ ਹੋ ਗਈ ਆਹ ਵੀ ਇਨਸ਼ਾਅੱਲਾ ਹੋ ਜਾਏਗੀ ਜਿਹੜੀ ਨਾ ਬਰਾਬਰ ਕਰ ਲਵਾਂਗੇ ਇਹਨੂੰ ਵੀ ਆਹ ਸਾਡੀਆਂ ਇੱਟਾਂ ਚਾਰ ਚ ਇਹ ਸਾਡੇ ਪਿੰਡ ਦਾ ਤੁਸੀਂ ਟੂਰ ਕਰ ਲਓ ਚਾਰ ਚ ਫੇਰਿਓ ਇਹ ਪਿੰਡ ਦਾ ਟੂਰ ਹੈ ਜੀ ਤੇ ਉਹ ਸਾਡੇ ਸਰੀਏ ਸਰੀਏ ਪੈ ਨੇ ਇੱਟਾਂ ਛਿੱਟਾਂ ਪਈਆਂ ਹੋਈਆਂ ਨੇ ਤੇ ਇਹ ਟੈਂਕੀ ਜ਼ੈਨ ਆ ਟੈਂਕੀ ਫਿਰ ਵਾਪਸ ਥੱਲੇ ਕਿਵੇਂ ਲਾਣੀ ਉਹ ਜਿਹੜੀ ਵਾਈਟ ਵਾਲੀ ਟੈਂਕੀ ਥੱਲੇ ਨੀ ਲਾਣੀ ਪਿੰਡ ਦਾ ਟੂਰ ਮਜ਼ਾ ਨੀ ਹੁੰਦਾ ਜਾ ਕੇ ਚੱਪੜ ਪਾਵਾਂਗੇ ਸਹੀ ਹੈ ਤੇ ਬਾਕੀ ਹੁਣ ਜੀ ਅਸੀਂ ਆ ਚੱਲੀਏ ਥੱਲੇ ਕਿਉਂਕਿ ਇੰਨਾ ਕੋਈ ਹੁੰਦਾ ਵਾ ਛੱਤ 'ਤੇ ਜ਼ਿਆਦਾ ਜ਼ਿਆਦਾ ਫਿਰ ਇੰਨਾ ਵੀ ਵਲੋਗ ਨਹੀਂ ਛੱਤ 'ਤੇ ਬਣਾਈਦਾ ਹੁੰਦਾ ਠੀਕ ਹੈ ਅਤੇ ਚਲੋ ਜੀ ਹੁਣ ਥੱਲੇ ਜਾ ਲਈਏ ਚਲੋ ਜੀ ਹੁਣ ਅਸੀਂ ਨਾ ਉੱਪਰੋਂ ਨੀਚੇ ਆ ਗਏ ਹਾਂ ਅਤੇ ਹੁਣ ਜੀ ਅਸੀਂ ਪੈਸੇ ਵੰਡਣ ਲੱਗੇ ਹਾਂ ਠੀਕ ਹੈ ਅਤੇ ਜ਼ੈਨ ਨੂੰ ਸਾਨੂੰ ਬਾਹਰ ਚਲੇ ਗਏ ਨੇ ਆਵਾਜ਼ ਦੇਣ ਕਿਉਂਕਿ ਜੀ ਸਾਡੇ ਫਿਰ ਉਹ ਆਵਾਜ਼ ਦੇ ਕੇ ਫਿਰ ਬੱਚੇ ਆਉਂਦੇ ਨੇ ਅਤੇ ਫਿਰ ਜੀ ਇਸ ਮੰਡੀ ਦੀ A few moments later ਉਹਨਾਂ ਥੋੜੇ ਇੱਕ ਪੈਸੇ ਲੱਗੇ ਨਿੰਮਕ ਲੈ ਕੇ ਬੈਠੀ ਮੰਮਾ ਕਹਿੰਦੇ ਚਲੋ ਕੋਈ ਹੋਰ ਬੱਚਾ ਵੀ ਆ ਜਾਂਦਾ ਵਾ ਠੀਕ ਹੈ ਅਤੇ ਹੁਣ ਮੰਮਾ ਜਿਹੜਾ ਨਾ ਪੈਸੇ ਦੇ ਰਹੀ ਸੀ ਮੰਮਾ ਨੇ ਕਿਹਾ ਮੰਮਾ ਸਾਡੇ ਤਾਂ ਮੰਮਾ ਕਹਿੰਦੇ ਤੁਸੀਂ ਡੇਲੀ ਖਰਚਾ ਲੈਂਦੇ ਨੀ ਬਸ ਇੱਜ਼ਤ ਨਹੀਂ ਹੈ ਕੋਈ ਇਸ ਵਾਸਤੇ ਜੀ ਅਸੀਂ ਚੁੱਪ ਕਰ ਗਏ ਠੀਕ ਹੈ ਅਤੇ ਇਹ ਹੁਣ ਵੇਖੋ ਜੀ ਆਹ ਬੱਚੇ ਆ ਗਏ ਚਲੋ ਜੀ ਹੁਣ ਬੱਚਿਆਂ ਵਾਲਾ ਲੱਗਦਾ ਨਾ ਇੱਕ ਵਾਰੀ ਮੰਮਾ ਦੇ ਲਵੇ ਸਾਰਿਆਂ ਨੂੰ ਹੁਣ ਨਾ ਮੰਮਾ ਨੇ ਪੈਸੇ ਜਿਹੜੇ ਸਾਰੇ ਵੰਡ ਵੁੰਡ ਦਿੱਤੇ ਨੇ ਅਤੇ ਜੀ ਹੁਣ ਅਸੀਂ ਮੰਮਾ ਨੇ ਕਿਹਾ ਮੰਮਾ ਜੀ ਸਾਨੂੰ ਤਾਂ ਮੰਮਾ ਕਹਿੰਦੀ ਪੈਸੇ ਖਤਮ ਹੋ ਗਏ ਨੇ ਜਿਹੜਾ ਉਸ ਪਾਸੋਂ ਆਏਗਾ ਉਹਨੂੰ ਮਿਲਣਗੇ ਅਸੀਂ ਦੋ ਵਾਰੀ ਆਏ ਹਾਂ ਅਤੇ ਸਾਡੀ ਮੰਮਾ ਨੇ ਸਾਨੂੰ ਇੱਕ ਰੁਪਈਆ ਨਹੀਂ ਦਿੱਤਾ ਠੀਕ ਹੈ ਮੰਮਾ ਕਹਿੰਦੀ ਘਰ ਵਾਲੇ ਬੰਦਿਆਂ ਵਾਸਤੇ ਕੁਛ ਨਹੀਂ ਹੁੰਦਾ ਅਤੇ ਖੈਰ ਕੋਈ ਨਹੀਂ ਚਲੋ ਅਸੀਂ ਤਾਂ ਭਾਈ ਬਸ ਮੰਮਾ ਨੇ ਐਵੇਂ ਮਜ਼ਾਕ ਕਰਨ ਦਾ ਸੀ ਇੱਕ ਅਤੇ ਹੁਣ ਜੀ ਪੈਸੇ ਵੰਡਣਾ ਮੰਮਾ ਦੇ ਹੱਥ 'ਚ ਇੱਕ 10 ਵਾਲਾ ਨੋਟ ਬਚਿਆ ਇੱਕ 10 ਵਾਲਾ ਨੋਟ ਅਤੇ ਮੰਮਾ ਜੈਨ ਨੂੰ ਕਹਿੰਦੀ ਚੱਲ ਜਾ ਮੇਰੇ ਜਾ ਕੇ ਪਾਪੜ ਲਿਆ ਕੇ ਦੇ ਠੀਕ ਹੈ ਅਤੇ ਜੈਨ ਹੁਣ ਪਾਪੜ ਲੈਣ ਗਿਆ ਹੋਇਆ ਵਾ ਅਤੇ ਪਾਪਾ ਦੀ ਥੋੜ੍ਹੀ ਤਬੀਅਤ ਨਾ ਮਤਲਬ ਵਾਹਵਾ ਹੀ ਖਰਾਬ ਹੁੰਦੀ ਰਹਿੰਦੀ ਪਾਪਾ ਨੂੰ ਬੁਖਾਰ ਹੋਇਆ ਪਿਆ ਵਾ ਹੁਣ ਪਾਪਾ ਦਵਾਈ ਖਾਣ ਲੱਗੇ ਨੇ ਪਾਪਾ ਨੇ ਜਦੋਂ ਬੁਖਾਰ ਹੋਇਆ ਉਦੋਂ ਪਾਪਾ ਨੇ ਨਾਸਾ ਨਹੀਂ ਜਦੋਂ ਬੁਖਾਰ ਲਾਤੀਆਂ ਫਿਰ ਪਾਪਾ ਨੇ ਨਾਲ ਤੇ ਨਾਲ ਨਾਲ ਤਾਂ ਬੁਖਾਰ ਉਤਰਦਾ ਵਾ ਚੁੱਕਲਾ ਮੈਂ ਹੁਣ ਕੀ ਕਰਨਾ ਪਾਣੀ ਮੈਂ ਚੁੱਕਲਾ ਮੈਂ ਉਹ ਤਾਂ ਕੈਪਸੂਲ ਤਾਂ ਹੈ ਹੀ ਨਹੀਂ ਖਤਮ ਹੋ ਗਿਆ ਕੈਪਸੂਲ ਤੇਰੇ ਵਾਲੇ ਵੀ ਉਹ ਸਾਰੇ ਮੰਮਾ ਨੇ ਇਕੱਠੇ ਕਰਤੇ ਸੀ ਇੱਕੋ ਛਾਪਰ ਚ ਦਵਾਈ ਖਤਮ ਹੋ ਗਈ ਪਾਪਾ ਜੀ ਤੇ ਬਾਕੀ ਚਲੋ ਹੁਣ ਜਿਹੜਾ ਨਾ ਵਾਹਵਾ ਦੇਰ ਹੋ ਗਈ ਇੰਨੀ ਗਰਮੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਗਰਮੀ ਨੇ ਤਾਂ ਇੰਤਹਾ ਮਕਾਈ ਹੋਈ ਇਸ ਸਹੀ ਪੁੱਛੋ ਤੇ ਹੁਣ ਅੱਛਾ ਮੰਮਾ ਜੀ ਤੇ ਹੁਣ ਝੱਟ ਸਾਹ ਸੂ ਲਈਏ ਤੇ ਨਾਲ ਗਰਮੀ ਨੂੰ ਬਰਦਾਸ਼ਤ ਕਰੀਏ ਤੇ ਬਾਕੀ ਭਾਈ ਗਰਮੀ ਨੂੰ ਆਹੀ ਸੋਚ ਕੇ ਬਰਦਾਸ਼ਤ ਕਰ ਲੈਣਾ ਚਾਹੀਦਾ ਕਿ ਦੋਸਕ ਦੀ ਗਰਮੀ ਇਸ ਤੋਂ ਕਿੰਨੀ ਜ਼ਿਆਦਾ ਜ਼ਿਆਦਾ ਹੋਵੇਗੀ ਠੀਕ ਕਿਸ ਹੱਦ ਤੱਕ ਤੇ ਇਸ ਵਾਸਤੇ ਜਿਹੜਾ ਬਰਦਾਸ਼ਤ ਰੱਖੋ ਲੇਕਿਨ ਪੱਖਾ ਤਾਂ ਫਿਰ ਵੀ ਆਪਾਂ ਚਲਾ ਕੇ ਬਹੀਦਾ ਹੀ ਹੈ ਲਓ ਜੀ ਜ਼ੈਨ ਮੰਮਾ ਵਾਸਤੇ ਪਾਪੜ ਲਿਆ ਮੰਮਾ ਦਾ ਪਸੰਦ ਆ ਨਹੀਂ ਲੱਭਾ ਤੇ ਚਲੋ ਜੀ ਹੁਣ ਫਿਰ ਰੋਟੀਆਂ ਛੋਟੀਆਂ ਮੰਮਾ ਦੇ ਨਾਲ ਸਾਰਾ ਕੰਮ ਕੁੰਮ ਕਰਾਈਏ 3 hours later
ਹੁਣ ਜੀ ਟਾਈਮ ਹੋ ਗਿਆ ਤਕਰੀਬਨ ਰਾਤ ਦੇ ਨਾਲ 9 ਵੱਜ ਚੁੱਕੇ ਨੇ ਅਤੇ ਹੁਣ ਸਾਡੇ ਜੀ ਸੌਣ ਦਾ ਟਾਈਮ ਹੋ ਗਿਆ ਵਾ। ਚਾਰ ਪਹੀਆਂ ਵਗੈਰਾ ਜਿਹੜੀਆਂ ਵਿਛਾ ਲਈਆਂ ਨੇ, ਹੁਣ ਬਿਸਤਰ ਵਿਛਾਉਣਾ ਸਾਰੇ, ਕਿਉਂਕਿ ਮੰਮਾ ਕਹਿੰਦੀ ਕਿ ਨਾ ਪਤਾ ਜਲਦੀ ਜਲਦੀ ਬਿਸਤਰ ਵਿਛਾਓ ਤਾਂ ਕਿ ਸੌਣ ਵਾਲੇ ਬਣੀਏ। ਵਾ ਵਾ ਟਾਈਮ ਹੋ ਗਿਆ ਵਾ, ਆਹ ਵੇਖੋ ਚਾਰ ਪਹੀ ਵਿਛਾ ਲਈ ਹੋਈ ਹੈ। ਇਹ ਵੇਖੋ ਜੀ, ਹੈਲੋ ਆਮਨਾ, ਇਹ ਆਮਨਾ ਬਾਜੀ ਜੀ ਜਿਹੜੀ ਅੱਜ ਆਪਦਾ ਈਦ ਵਾਲਾ ਨਵਾਂ ਸੂਟ ਪਾਈ ਫਿਰਦੀ ਆਮਨਾ। ਇਹ ਤੂੰ ਭਲਾ ਵੱਡੀ ਛੋਟੀ ਈਦ ਵਾਲਾ ਨਾ, ਅਤੇ ਤੂੰ ਵੱਡੀ ਈਦ ਅਤੇ ਭਲਾ ਹੀ ਸੂਟ ਪਾ ਲੈਂਦੀ, ਤੂੰ ਨਵਾਂ ਲਾਜ਼ਮੀ ਲੈਣਾ ਸੀ। ਨਾ ਭਾਈ, ਅਸੀਂ ਤਾਂ ਨਵੇਂ ਹੀ ਸੂਟ ਲੈਣੇ ਨੇ। ਖੈਰ ਚਲੋ ਜੀ, ਹੋਰ ਜਿਹੜਾ ਨਾ ਅਸੀਂ ਮੰਮਾ ਨੇ ਕਿਹਾ, ਮੰਮਾ ਜੀ ਤੁਸੀਂ ਪੈਸੇ ਮਤਲਬ ਬੱਚਿਆਂ 'ਚ ਵੰਡੇ, ਤੁਸੀਂ ਸਾਨੂੰ ਤਾਂ ਕੁਛ ਦਿੱਤਾ ਨਹੀਂ। ਮੰਮਾ ਕਹਿੰਦੀ ਪੁੱਤਰ ਕੁਛ ਨਹੀਂ ਹੈਗਾ, ਜਾਓ ਚਲੇ ਜਾਓ, ਤੁਹਾਡੇ ਵਾਸਤੇ ਨਹੀਂ ਅਸੀਂ ਵੰਡੇ ਸੀ, ਅਸੀਂ ਬਾਹਰ ਬੱਚਿਆਂ ਨੂੰ ਵੰਡੇ ਸੀ। ਮੈਂ ਕਿਹਾ ਠੀਕ ਹੋ ਗਿਆ ਮੰਮਾ ਜੀ, ਅਤੇ ਬਾਕੀ ਚਲੋ ਜੀ ਠੀਕ ਹੈ। ਫਿਰ ਹੁਣ ਤੁਸੀਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇੱਕ ਅੱਛਾ ਜਿਹਾ ਪਹਿਲਾਂ ਇੱਕ ਕਮੈਂਟ ਕਰੋ, ਅਤੇ ਜੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਉਹ ਵੀ ਕਰ ਲਓ। ਅਤੇ ਮੰਮਾ ਜੀ ਹੁਣ ਤੁਸੀਂ ਫਟਾਫਟ ਆਪਦੀ ਚਾਹੇ ਖਤਮ ਕਰੋ ਅਤੇ ਆਪਾਂ ਸੌਣ ਵਾਲੇ ਬਣੀਏ, ਠੀਕ ਹੈ।